Democratic Republic of Congo ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਖਬਰ ਸਾਹਮਣੇ ਆਈ ਹੈ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 203 ਹੋ ਗਈ ਹੈ ਇੱਥੋਂ ਦੇ ਦੱਖਣੀ ਕੀਵੂ ਸੂਬੇ ਦੇ ਕਾਲੇਹੀ ਖੇਤਰ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਨਦੀਆਂ ਵਿੱਚ ਉਛਾਲ ਆ ਗਿਆ ਸੀ ਜ਼ਮੀਨ ਖਿਸਕਣ ਕਾਰਨ ਦੋ ਪਿੰਡਾਂ ਵਿੱਚ ਕਈ ਘਰ ਤਬਾਹ ਹੋ ਗਏ ਨੇ ਦੋ ਦਿਨ ਪਹਿਲਾਂ ਗਵਾਂਡੀ ਦੇ ਰਵਾਂਡਾ ਵਿੱਚ ਆਏ ਹੜ੍ਹ ਵਿੱਚ 130 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਸੰਯੁਕਤ ਰਾਸ਼ਟਰ ਦੇ ਸਖਤਰ ਜਨਰਲ ਐਂਟੋਨੀਓ ਗੁਟੇਰਸ ਨੇ ਕਿਹਾ ਕੀ ਇਹ ਹੜ੍ਹ ਜਲਵਾਯੂ ਪਰਿਵਰਤਨ ਦੇ ਇੱਕ ਉਦਾਹਰਣ ਹੈ ਉੱਤਰੀ ਅਮਰੀਕਾ ਤੋਂ ਵੀ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਅਮਰੀਕਾ ਦੇ ਟੈਕਸਸ ਦੇ ਇੱਕ ਮਾਲ ਵਿੱਚ ਇੱਕ ਬੰਦੂਕਧਾਰੀ ਨੇ ਖਰੀਦਦਾਰੀ ਕਰ ਰਹੇ 9 ਲੋਕਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੰਦੂਕਧਾਰੀ ਲੋਕਾਂ ਤੇ ਅੰਨੇਵਾ ਗੋਲੀਆਂ ਚਲਾ ਰਿਹਾ ਸੀ ਸੁਰੱਖਿਆ ਕਰਮੀਆਂ ਨੇ ਐਲਨ ਸ਼ਹਿਰ ਵਿੱਚ ਸਥਿਤ ਇਸ ਮਾਲ ਵਿੱਚੋਂ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਬੰਦੂਕਧਾਰੀ ਨੂੰ ਗੋਲੀ ਮਾਰ ਦਿੱਤੀ ਤੇ ਬੰਦੂਕਧਾਰੀ ਨੇ ਇਸ ਘਟਨਾ ਨੂੰ ਕਲਿਆ ਹੀ ਇੰਜਾਮ ਦਿੱਤਾ ਹੈ ਭੀੜਤਾਂ ਦੇ ਵਿੱਚ ਕੁਝ ਬੱਚੇ ਵੀ ਦੱਸੇ ਜਾ ਰਹੇ ਨੇ ਇਸ ਦੇ ਨਾਲ ਹੀ ਘੱਟੋ ਘੱਟ 7 ਲੋਕ ਜ਼ਖਮੀ ਵੀ ਹੋਏ ਨੇ ਜੋ ਹਸਪਤਾਲ ਵਿੱਚ ਜੇਰੇ ਇਲਾਜ ਨੇ ਜਿੰਨਾ ਵਿੱਚੋਂ 3 ਦੀ ਹਾਲਤ ਗੰਭੀਰ ਹੈ ਇਸ ਘਟਨਾ ਨੇ ਅਮਰੀਕਾ ਵਿੱਚ ਬੰਦੂਕਾਂ ਅਤੇ ਹਥਿਆਰਾਂ ਤੱਕ ਸੁਖਾਲੀ ਪਹੁੰਚ ਹੋਣ ਬਾਰੇ ਇੱਕ ਵਾਰ ਮੁਰਤ ਤੋਂ ਬੈਸ ਛੇਰ ਦਿੱਤੀ ਹੈ ਹਥਿਆਰਾਂ ਨਾਲ ਹੋਣ ਵਾਲੀਆਂ ਮੌਤਾਂ ਅਮਰੀਕੀ ਜੀਵਨ ਦਾ ਇੱਕ ਹਿੱਸਾ ਹੀ ਜਿਵੇਂ ਬਣ ਗਈਆਂ ਨੇ ਸਾਲ 1968 ਤੋਂ 2017 ਦੇ ਦਰਮਿਆਨ ਅਮਰੀਕਾ ਵਿੱਚ 15 ਲੱਖ ਮੌਤਾਂ ਹੋਈਆਂ ਨੇ ਇਹ ਮੌਤਾਂ 1775 ਦੀ ਅਮਰੀਕੀ ਆਜ਼ਾਦੀ ਦੀ ਲੜਾਈ ਵਿੱਚ ਮਾਰੇ ਗਏ ਫੌਜੀਆਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ ਸਾਲ 2020 ਵਿੱਚ ਹੀ 45 ਹਜ਼ਾਰ ਅਮਰੀਕੀਆਂ ਦੀ ਮੌਤ ਬੰਦੂਕ ਦੀ ਨਾਲ ਵਿੱਚੋਂ ਨਿਕਲੀ ਗੋਲੀ ਕਾਰਨ ਹੋਈ ਹੈ ਇਹ ਮੌਤਾਂ ਭਾਵੇਂ ਖੁਦਕੁਸ਼ੀ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਗੋਲੀਬਾਰੀ ਵਿੱਚ ਹੋਈਆਂ ਹੋਣ ਹਥਿਆਰ ਰੱਖਣ ਦਾ ਹੱਕ ਅਮਰੀਕਿਆ ਨੂੰ ਉਥੋਂ ਦੇ ਸੰਵਿਧਾਨ ਨੇ ਦਿੱਤਾ ਹੈ ਹੁਣ ਜੋ ਲੋਕ ਹਥਿਆਰਾਂ ਉੱਪਰ ਬੰਦਸ਼ ਲਾਗੂ ਕਰਨਾ ਚਾਹੁੰਦੇ ਨੇ ਤੇ ਜੋ ਲੋਕ ਇਸ ਹੱਕ ਨੂੰ ਕਾਇਮ ਰੱਖਣ ਦੇ ਹਾਮੀ ਨਹੀਂ ਦੋਵਾਂ ਵਿੱਚ ਬਹਿਸ ਚੱਲਦੀ ਰਹਿੰਦੀ ਹੈ ਇਸ ਵਜ੍ਹਾ ਤੋਂ ਮੁੱਦੇ ਦਾ ਸਿਆਸੀਕਰਨ ਹੋ ਚੁੱਕਿਆ ਹੈ ਜੋ ਲੋਕ ਬੰਦੂਕਾਂ ਉੱਪਰ ਬੰਦਸ਼ ਦੀ ਮੰਗ ਕਰਦੇ ਨੇ ਉਹਨਾਂ ਨੂੰ ਅਕਸਰ ਭਾਰੀ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ ਰਿਸਰਚ ਪ੍ਰੋਜੈਕਟ ਮੁਤਾਬਕ ਹੈ ਦੁਨੀਆ ਭਰ ਵਿੱਚ ਅੰਦਾਜ਼ਨ 390 ਮਿਲੀਅਨ ਬੰਦੂਕਾਂ ਨੇ ਇਹ ਅੰਕੜੇ 2018 ਦੇ ਨੇ ਅਮਰੀਕਾ ਵਿੱਚ ਬੰਦੂਕਾਂ ਦਾ ਅਨੁਪਾਤ 100 ਲੋਕਾਂ ਮਗਰ 120.5 ਹੈ ਜਦਕਿ ਸਾਲ 2011 ਵਿੱਚ 100 ਲੋਕਾਂ ਮਗਰ ਸਿਰਫ 88 ਹਥਿਆਰ ਸਨ ਇਹ ਅਨੁਪਾਤ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਨਹੀਂ ਹੋਰ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ ਕਈ ਸਾਲਾਂ ਵਿੱਚ ਜਿਆਦਾ ਲੋਕਾਂ ਕੋਲ ਬੰਦੂਕ ਪਹੁੰਚੀ ਹੈ ਸਾਲ 2020 ਦੌਰਾਨ ਕੁੱਲ 45222 ਲੋਕਾਂ ਦੀ ਮੌਤ ਬੰਦੂਕ ਨਾਲ ਸੰਬੰਧਿਤ ਸੱਟਾਂ ਕਾਰਨ ਹੋਈਆਂ ਨੇ ਜਦਕਿ ਵੱਡੇ ਪੱਧਰ ਤੇ ਵੱਡੀਆਂ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਬੰਦੂਕ ਕਾਰਨ ਕਤਲ ਆਮ ਤੌਰ ਤੇ ਮੀਡੀਆ ਦਾ ਵਧੇਰੇ ਧਿਆਨ ਖਿੱਚਦੇ ਨੇ ਸਾਲ 2016 ਦੇ ਅਧਿਐਨ ਵਿੱਚ ਦੇਖਿਆ ਗਿਆ ਕਿ ਇੱਕ ਸਟੇਟ ਵਿੱਚ ਬੰਦੂਕ ਦੀ ਮਾਲਕੀ ਦੇ ਉੱਚ ਪੱਧਰਾ ਅਤੇ ਮਰਦਾਂ ਤੇ ਔਰਤਾਂ ਦੋਵਾਂ ਲਈ ਹਥਿਆਰਾਂ ਨਾਲ ਖੁਦਕੁਸ਼ੀ ਦੀਆਂ ਦਰਾਂ ਵਿਚਕਾਰ ਇੱਕ ਮਜ਼ਬੂਤ ਸਬੰਧ ਸੀ ਬਿਊਰੋ ਰਿਪੋਰਟ ਦਾ ਖਾਲਸ ਟੀਵੀ